ਤੁਹਾਨੂੰ ਹੋਸ਼ ਕਿਵੇਂ ਆ ਗਿਆ? ਮੈਂ ਤਾਂ ਇੰਜੈਕਸ਼ਨ ਵੀ ਨਹੀਂ ਦਿੱਤਾ, ਇਹ ਤਾਂ ਰੁੰਡੀ ਹੈ। ਡਾਕਟਰ ਸਾਹਿਬ, ਮੈਂ ਪੂਰੇ ਹੋਸ਼ 'ਚ ਹਾਂ। ਜਿਵੇਂ ਤੁਸੀਂ ਔਖੇ ਔਖੇ ਸਾਹ ਲੈ ਰਹੇ ਹੋ, ਮੈਨੂੰ ਲੱਗਦਾ ਤੁਸੀਂ ਪੂਰੇ ਹੋ ਜਾਣਾ। ਇਹ ਤਾਂ ਮੈਨੂੰ ਮੇਰੇ ਪਿਓ ਦੀ ਦਵਾਈ ਰਿਐਕਸ਼ਨ ਕਰ ਗਈ ਸੀ। ਪਰ ਡਾਕਟਰ ਤਾਂ ਤੁਸੀਂ ਆਪ ਹੋ। ਉਹ ਡਾਕਟਰ ਦਾ ਵੀ ਪਿਓ ਹੈ, ਤੁਸੀਂ ਮੇਰੀ ਛੱਡੋ। ਜਦੋਂ ਤੁਸੀਂ ਬਿਲਕੁਲ ਠੀਕ ਹੋ ਤਾਂ ਤੁਸੀਂ ਮੈਨੂੰ ਕਿਉਂ ਬੁਲਾਇਆ? ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋ। ਉਹ ਜਿਹੜੀ ਮੇਰੀ ਨਣਦ ਹੈ ਨਾ, ਉਹ ਪੀਲੀ ਡਰੈਸ ਵਾਲੀ ਜਾਂ ਹਰੀ ਡਰੈਸ ਵਾਲੀ? ਡਾਕਟਰ ਸਾਹਿਬ, ਮੈਨੂੰ ਲੱਗਦਾ ਪੇਸ਼ੈਂਟ ਤੋਂ ਵੱਧ ਤੁਹਾਡਾ ਧਿਆਨ ਲੇਡੀਜ਼ ਦੀਆਂ ਡਰੈਸਿਸ 'ਚ ਹੈ। ਦਰਅਸਲ ਮੈਂ ਪਾਰਟ ਟਾਈਮ ਟੇਲਰ ਵੀ ਹਾਂ, ਇਸੇ ਕਰਕੇ ਮੇਰਾ ਧਿਆਨ ਲੇਡੀਜ਼ ਦੇ ਡਰੈਸਿਸ ਵੱਲ ਚਲਾ ਜਾਂਦਾ। ਆਪਣੀ ਬਕਵਾਸ ਬੰਦ ਕਰੋ ਤੇ ਕੰਮ ਦੀ ਗੱਲ ਸੁਣੋ। ਉਹ ਜਿਹੜੀ ਪੀਲੀ ਡਰੈਸ ਵਾਲੀ ਹੈ ਨਾ, ਮੈਂ ਉਹਨੂੰ ਸਬਕ ਸਿਖਾਉਣਾ ਚਾਹੁੰਦੀ ਹਾਂ। ਮੈਂ ਹਸਪੀਟਲ 'ਚ ਕੰਮ ਕਰਦਾ, ਸੁਧਾਰ ਕੇਂਦਰ 'ਚ ਨਹੀਂ। ਮੈਂ ਤੁਹਾਡੀ ਮਾਲੀ ਹਾਲਤ ਸੁਧਾਰ ਸਕਦੀ ਹਾਂ। ਤੁਹਾਨੂੰ ਕਿਵੇਂ ਪਤਾ ਲੱਗਿਆ ਮੈਂ ਪਾਰਟ ਟਾਈਮ ਮਾਲੀ ਵੀ ਹਾਂ? ਵੈਸੇ ਤੁਸੀਂ ਮੇਰੀ ਹਾਲਤ ਸੁਧਾਰਨ ਦੀ ਗੱਲ ਕਰ ਰਹੇ ਸੀ। ਹਾਂ, ਜੇ ਤੁਸੀਂ ਮੇਰੀ ਮਦਦ ਕਰੋਗੇ ਤਾਂ ਮੈਂ ਤੁਹਾਨੂੰ 25,000 ਰੁਪਇਆ ਦਊਂਗੀ। ਜੇ ਤੁਸੀਂ ਸੋਚਦੇ ਹੋ ਮੈਂ 25,000 'ਚ ਵਿਕ ਜੂੰਗਾ ਤਾਂ ਤੁਸੀਂ ਬਿਲਕੁਲ ਸਹੀ ਸੋਚਦੇ ਹੋ। ਹੁਣ ਦੱਸੋ ਕਰਨਾ ਕੀ ਹੈ? ਫੋਨ ਲਓ ਤੇ ਕੰਨ ਇੱਧਰ ਲਿਓ। ਸਮਝੋ ਤੁਹਾਡਾ ਕੰਮ ਹੋ ਗਿਆ, ਕਿਉਂਕਿ ਪਾਰਟ ਟਾਈਮ ਮੈਂ ਐਕਟਰ ਵੀ ਹਾਂ। ਡਾਕਟਰ ਸਾਹਿਬ, ਮੇਰੀ ਸੁੱਖੀ ਠੀਕ ਤਾਂ ਹੈ? ਆਈ ਐਮ ਵੈਰੀ ਸੌਰੀ। ਕੀ ਭਾਬੀ ਜੀ, ਸੱਚੀ ਡਾਕਟਰ ਸਾਹਿਬ? ਲੱਗਦਾ ਰੱਬ ਨੇ ਮੇਰੀ ਬਹੁਤ ਛੇਤੀ ਸੁਣ ਲਈ। ਡਾਕਟਰ ਸਾਹਿਬ ਕਹਿ ਦੋ ਇਹ ਝੂਠ ਹੈ। ਜੀਤ, ਹੁਣ ਹੋਣੀ ਨੂੰ ਕੌਣ ਟਾਲ ਸਕਦਾ ਹੈ? ਵੀਰੇ, ਸਾਂਭੋ ਆਪਣੇ ਆਪ ਨੂੰ, ਰੱਬ ਦੀ ਇਹੀ ਮਰਜ਼ੀ ਸੀ। ਚੁੱਪ, ਡੀਜੇ ਹਾਲੇ ਲੱਗਿਆ ਨਹੀਂ, ਨਾਗਨ ਡਾਂਸ ਪਹਿਲਾਂ ਸ਼ੁਰੂ ਕਰਤਾ। ਡੀਜੇ ਤਾਂ ਹਾਲੇ ਲੱਗ ਲੈਣ ਦੋ। ਡਾਕਟਰ ਸਾਹਿਬ, ਮੈਂ ਆਪਣੀ ਨਾਗਨ ਗਵਾਤੀ, ਮੇਰਾ ਮਤਲਬ ਆਪਣੀ ਘਰਵਾਲੀ ਗਵਾਤੀ। ਤੁਹਾਨੂੰ ਨਾਗਨ ਡਾਂਸ ਦੀ ਪਈ ਹੋਈ ਆ? ਉਹ ਮੈਂ ਤਾਂ ਇੱਕ ਮੁਹਾਵਰਾ ਬੋਲਿਆ ਸੀ, ਸੁਖੀ ਜੀ ਨੂੰ ਕੁਛ ਨਹੀਂ ਹੋਇਆ, ਉਹ ਜਿਉਂਦੇ ਨੇ। ਕੀ ਤੁਸੀਂ ਚੰਗੀ ਤਰ੍ਹਾਂ ਚੈੱਕ ਤੇ ਕੀਤਾ ਨਾ? ਹੋ ਸਕਦਾ ਤੁਹਾਨੂੰ ਕੋਈ ਗਲਤ ਫਹਿਮੀ ਹੋ ਗਈ ਹੋਵੇ। ਕੋਈ ਗਲਤ ਫਹਿਮੀ ਨਹੀਂ ਹੋਈ, ਉਹਨਾਂ ਦੀ ਜਾਨ ਨਹੀਂ ਗਈ, ਉਹਨਾਂ ਦੀ ਸਿਰਫ ਅੱਖਾਂ ਗਈਆਂ ਨੇ। ਅੱਖਾਂ ਗਈਆਂ ਨੇ? ਕਿੱਥੇ ਗਈਆਂ ਨੇ? ਮਤਲਬ ਉਹਨਾਂ ਦੇ ਸੱਟ ਲੱਗਣ ਕਾਰਨ ਉਹ ਅੰਨੇ ਹੋ ਗਏ ਨੇ। ਅੰਨੇ? ਇਤਨਾ ਸਨਾਟਾ ਕਿਉਂ ਹੈ ਭਾਈ? ਭਾਬੀ ਜੀ, ਡਾਇਲੋਗ ਤੁਸੀਂ ਸ਼ੋਲੇ ਵਾਲਾ ਬੋਲੀ ਜਾ ਰਹੇ ਹੋ, ਗੈਟਅਪ ਤੁਸੀਂ ਬਲੈਕ ਫਿਲਮ ਦਾ ਲਿਆ ਹੋਇਆ। ਨੀ, ਮੇਰੀ ਦੁਨੀਆ ਬਲੈਕ ਹੋ ਗਈ, ਤੈਨੂੰ ਡਾਇਲੋਗਾਂ ਦੀ ਪਈ ਆ? ਸੁੱਖੀ, ਹੁਣ ਤੂੰ ਮੇਰੇ ਚੰਨ ਵਰਗੇ ਮੂੰਹ ਦਾ ਦੀਦਾਰ ਕਿਵੇਂ ਕਰੇਗੀ? ਤੁਹਾਡਾ ਮੂੰਹ ਤਾਂ ਮੈਂ ਐਡਜਸਟ ਕਰ ਲੂੰ, ਪਰ ਮੈਂ ਜੱਸੀ ਦੀ ਬੱਚੀ ਨੂੰ ਨਹੀਂ ਛੱਡਣਾ। ਭਾਬੀ ਜੀ, ਪਰ ਮੈਂ ਕੀਤਾ ਕੀ ਹੈ? ਤੂੰ ਮੈਨੂੰ ਜਾਣ ਬੁੱਝ ਕੇ ਧੱਕਾ ਦਿੱਤਾ, ਕੋਈ ਨਾ ਮੈਂ ਤੇਰੀ ਪੁਲਿਸ 'ਚ ਕੰਪਲੇਂਟ ਕਰੂੰਗੀ। ਭਾਬੀ ਜੀ, ਮੈਂ ਕੁਛ ਨਹੀਂ ਕੀਤਾ, ਇਹ ਜੋ ਕੁਛ ਵੀ ਹੋਇਆ ਇਤਫਾਕ ਸੀ, ਮੇਰੀ ਇਹਦੇ ਵਿੱਚ ਕੋਈ ਗਲਤੀ ਨਹੀਂ। ਬਿਲਕੁਲ ਸਹੀ ਸੁੱਖੀ, ਜੇ ਨੇ ਤੈਨੂੰ ਮਾਰਨਾ ਹੁੰਦਾ ਤਾਂ ਤੈਨੂੰ ਇਹ ਧੱਕਾ ਨਾ ਮਾਰਦੀ, ਸਿੱਧਾ ਤੇਰੇ ਚਾਕੂ ਮਾਰਦੀ। ਹਾਂ ਹਾਂ, ਤੁਸੀਂ ਹੋਰ ਰੌਲਾ ਪਾ ਕੇ ਇਹਨੂੰ ਸਕੀਮਾਂ ਦੱਸੋ। ਸੁਣ ਲੈ ਜੱਸੀ, ਇਹ ਇਤਫਾਕ ਸੀ ਜਾਂ ਸਾਜਿਸ਼, ਇਹ ਤਾਂ ਹੁਣ ਪੁਲਿਸ ਤੇ ਪਤਾ ਕਰੂਗੀ। ਆ ਕੋਈ ਜਣਾ ਮੇਰਾ ਫੋਨ ਫੜਾਓ, ਮੈਂ ਹੁਣੇ ਮਿਲਾਉਣੀ ਆ ਪੁਲਿਸ ਨੂੰ ਫੋਨ। ਸੁੱਖੀ, ਮੇਰੀ ਗੱਲ ਸੁਣ ਇੱਕ। ਹਾਂ ਹਾਂ, 100 ਪਤਾ ਮੈਨੂੰ, ਪੁਲਿਸ ਦਾ ਨੰਬਰ ਹੈ, ਬੜਾ ਦੱਸਣ ਦੀ ਲੋੜ ਨਹੀਂ। ਸੁੱਖੀ, ਯਾਦ ਹੈ ਤੁਹਾਡਾ ਫੋਨ? ਭਾਬੀ ਜੀ, ਤੁਹਾਨੂੰ ਤਾਂ ਦਿਖਦਾ ਨੀ, ਤੁਸੀਂ ਫੋਨ ਕਿਵੇਂ ਡਾਇਲ ਕਰ ਲਿਆ? ਜੱਸੀ, ਮੈਂ ਅੰਨੀ ਹੋਈ ਆ, ਪਾਗਲ ਨੀ, ਇੰਨਾ ਕੁ ਅੰਦਾਜ਼ਾ ਹੈ ਮੈਨੂੰ। ਸੁੱਖੀ ਜੀ, ਇੱਕ ਵਾਰ ਹੋਰ ਸੋਚ ਲਓ, ਧਾਰਾ 307 ਦੇ ਤਹਿਤ ਜੱਸੀ ਜੀ ਨੂੰ 7 ਦੀ ਸਜ਼ਾ ਹੋ ਸਕਦੀ ਹੈ। ਤੁਸੀਂ ਡਾਕਟਰ ਹੋ ਕਿ ਵਕੀਲ? ਨਾ 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 ਨਾ, ਵਕਾਲਤ ਤਾਂ ਮੈਂ ਪਾਰਟ ਟਾਈਮ ਕਰਦਾ। ਭਾਬੀ ਜੀ, ਪਲੀਜ਼ ਪੁਲਿਸ ਨੂੰ ਫੋਨ ਨਾ ਕਰੋ, ਮੈਂ ਤੁਹਾਡੇ ਨਾਲ ਹੁਣ ਕਦੇ ਨਹੀਂ ਲੜੂੰਗੀ, ਤੁਹਾਡੀ ਹਰ ਗੱਲ ਮੰਨੂੰਗੀ। ਗੁੱਡ, ਸੁੱਖੀ, ਤੈਨੂੰ ਜੱਸੀ ਨੂੰ ਮਾਫ਼ ਕਰ ਦੇਣਾ ਚਾਹੀਦਾ। ਹਾਂ ਭਾਬੀ ਜੀ, ਜੇ ਜੱਸੀ ਨੂੰ ਕੁਛ ਹੋ ਗਿਆ ਫਿਰ ਮੇਰਾ ਕੀ ਹੋਊਗਾ? ਜੱਸੀ ਨੂੰ ਕੁਛ ਹੋਣਾ ਤੈਨੂੰ ਕੀ ਹੋਊਗਾ ਓਏ? ਜੱਸੀ ਦੇ ਬਿਨਾਂ ਤੁਸੀਂ ਰਹਿ ਨਹੀਂ ਪਾਣਾ, ਜੇ ਤੁਸੀਂ ਨਹੀਂ ਰਹੋਗੇ ਮੈਂ ਰਹੂੰਗਾ ਕਿੱਥੇ? ਸੁੱਖੀ ਜੀ, ਜੱਸੀ ਦਾ ਨਾਂ ਸਹੀ, ਘੱਟੋ ਘੱਟ ਜੀਤ ਦਾ ਤਾਂ ਖਿਆਲ ਕਰੋ, ਮੈਂ ਤੋਂ ਬਿਨਾਂ ਕੀ ਕਰੂੰਗੀ? ਮਤਲਬ ਹੁਣੇ ਵਿੱਕੀ ਨੇ ਦੱਸਿਆ ਤਾਂ ਹੈ, ਅਸੀਂ ਦੋਨੇ ਰਹਾਂਗੇ ਕਿੱਥੇ? ਮੈਂ ਜੱਸੀ ਨੂੰ ਸਿਰਫ ਇੱਕ ਸ਼ਰਤ ਤੇ ਮਾਫ਼ ਕਰ ਸਕਦੀ ਹਾਂ। ਕਿਹੜੀ ਸ਼ਰਤ? ਡਾਕਟਰ ਸਾਹਿਬ, ਤੁਸੀਂ ਇੱਥੇ ਸਾਡੀਆਂ ਗੱਲਾਂ ਸੁਣਨ ਆਏ ਹੋ, ਜਿਹੜੀਆਂ ਗੱਲਾਂ ਤੁਸੀਂ ਮੈਨੂੰ ਅੰਦਰ ਦੱਸਿਆ ਸੀ ਉਹ ਇਹਨਾਂ ਨੂੰ ਵੀ ਦੱਸੋ। ਅਸਲ 'ਚ ਮੈਂ ਤੁਹਾਡੀ ਆਪਸੀ ਬਹਿਸ ਵਿੱਚ ਖੋ ਗਿਆ ਸੀ। ਅਸਲ 'ਚ ਸੁੱਖੀ ਜੀ ਦਾ ਇੱਕੋ ਲਾਜਾ ਜੀ। ਉਹ ਕੀ? ਅੱਜ ਤੋਂ ਬਾਅਦ ਤੁਹਾਨੂੰ ਇਹਨਾਂ ਦਾ ਖਿਆਲ ਰੱਖਣਾ ਪਊਗਾ, ਇਹਨਾਂ ਤੋਂ ਕੋਈ ਕੰਮ ਨਹੀਂ ਕਰਾਉਣਾ, ਜੋ ਇਹ ਕਹਿਣਗੇ ਉਹ ਕਰਨਾ ਪਊਗਾ। ਡਾਕਟਰ ਸਾਹਿਬ, ਤੁਸੀਂ ਲੱਤਾਂ ਘੁੱਟਣ ਵਾਲੀ ਗੱਲ ਤੇ ਖਾਣ ਪੀਣ ਵਾਲੀ ਤਾਂ ਭੁੱਲ ਹੀ ਗਏ। ਹਾਂ,
इन्हां नूं प्रोटीन वालियां चीजां देनियां पैणगियां ते रात नूं चंगी तरह इन्हां दियां लत्तां कुटणियां पैणगियां। पर भाभी जी दियां गईयां ते अखां ने लत्तां कुटण नाल की होजू? तुसीं सुणिया नी नच्छा मैं लुधियाणे मेरी धमक जलंधर पैंदी लत्तां कुटण वाले इन्हां दियां अखां नूं आराम मिलूगा। पर खराब चीज नूं आराम देण दा की फायदा? लगदा मैनूं पुलिस नूं फोन मिलाउणा ही पऊगा। नहीं नहीं भाभी जी, फोन ना लायो, वीर जी हैगे ने ना, ओ थोड़ियां लत्तां कुट दिया करनगे। जस्सी, मैं जीत तो नहीं तेरे तो लत्तां कटाउणियां ने, तेरे करके मेरा आ हाल होया, मेरा ख्याल भी हुण तू ही रखेंगी। पर मिलावा फोन? नहीं नहीं भाभी जी, तुसी जो कहोगे मैं ओही करूंगी, सिर तो लेके पैर तक। जे तुसी कहोगे ना मैं गला भी कुट दूं। की कहा? मतलब मैं तोड़ी खूब सेवा करूंगी।